की सुखी खाए के ठंडा पानी पियो, ठंडा पानी पियो। फरीदा देख पराई चोपड़ी, फरीदा देख पराई चोपड़ी, ना तरसाए जियो, ना तरसाए जियो, ना तरसाए जियो, ना तरसाए जियो। जिन्हां बच्चियां नूं अपने माँ की पक्की नहीं पसंद आती ना, वो बच्चे घरों बाहर जाते ने, बाहर खाते ने, बाहर खाते खाते आज तक की होंगे। मैं न्यूयॉर्क रहा देखना, जेडे बच्चों घर की नहीं पसंद वो न्यूयॉर्क तो कैलीफोर्निया चले जाते हैं पढ़ाई दे माणे, नौकरी दे माणे। कैलीफोर्निया वाले शिकागो चले जाते हैं, शिकागो वाले कैनेडा चले जाते हैं, कैनेडा वाले लंडन चले जाते हैं, पर बाहर धक्के खाणगे। लेकिन घर की पक्की माँ की संतोखी भोजन जिदे विच पूरा लाड पूरी असीसा भरिया हुई ने, ਉਹ ਭੁੱਲ ਜਾਂਦੇ ਨੇ, ਭੁਲੇਖੇ 'ਚ ਪੈ ਜਾਂਦੇ ਨੇ। ਮੈਂ ਬਹੁਤ ਘਰ ਇਸ ਤਰ੍ਹਾਂ ਟੁੱਟਦੇ ਵੇਖੇ। ਜਦੋਂ ਬੜੇ ਸਾਲਾਂ ਬਾਅਦ ਮੈਂ ਅਮੈਰੀਕਾ ਤੋਂ ਇੰਡੀਆ ਆਇਆ ਤਾਂ ਪਾਰਕ ਵਿੱਚ ਮੈਨੂੰ ਬੁੱਢੇ ਬੁੱਢੀਆਂ ਮਿਲੇ, ਮੈਨੂੰ ਕਹਿੰਦੇ ਆਪ ਅਮਰੀਕਾ ਸੇ ਤੋਂ, ਬੜੇ ਮਾਣ ਨਾਲ ਮੈਨੂੰ ਦੱਸਦੇ ਸੀ ਹਮਾਰਾ ਬੇਟਾ ਵੀ ਅਮਰੀਕਾ ਹੁੰਦਾ ਹੈ। ਲੇਕਿਨ ਮੈਂ ਹਰ ਦੋ ਮਹੀਨੇ ਬਾਅਦ ਆਉਂਦਾ ਸੀ, ਉਹ ਜਦੋਂ ਬੁੱਢਾ ਬੁੱਢੀ ਸੋਟੀ ਟੇਕ ਕੇ ਮੈਨੂੰ ਪਾਰਕ ਵਿੱਚ ਮਿਲਦੇ ਸੀ ਤਾਂ ਆਸਤਾ ਆਸਤਾ ਉਹਨਾਂ ਨੇ ਮੈਨੂੰ ਕਹਿਣਾ ਸ਼ੁਰੂ ਕੀਤਾ, ਆਪ ਤੋਂ ਹਰ ਦੋ ਮਹੀਨੇ ਬਾਅਦ ਆ ਜਾਂਦੇ ਹੋ, ਹਮਾਰਾ ਬੇਟਾ ਚਾਰ ਚਾਰ ਪਾਂਚ ਪਾਂਚ ਸਾਲ ਕੇ ਬਾਅਦ ਆਤਾ ਹੈ, ਕਾਮ ਸੇ ਛੁੱਟੀ ਨਹੀਂ ਮਿਲਤੀ ਹੈ। ਸ਼ੁਰੂ ਵਿੱਚ ਡੋਲਰ ਵੀ ਅੱਛੇ ਲੱਗੇ, ਸ਼ੁਰੂ ਵਿੱਚ ਪਲਾਜ਼ਮਾ ਟੀ ਵੀ ਲੱਗਾ ਅੱਛਾ ਲੱਗਾ, ਕਾਰ ਵੀ ਮਿਲ ਗਈ ਅੱਛਾ ਲੱਗਾ, ਨਵਾਂ ਮਕਾਨ ਮਿਲ ਗਿਆ ਅੱਛਾ ਲੱਗਿਆ। ਲੇਕਿਨ ਜਦੋਂ ਹੁਣ ਉਹ ਮੰਮੀ ਪਾਪਾ ਬੁੱਢੇ ਹੋ ਗਏ, ਉਹਨਾਂ ਨੂੰ ਪਾਣੀ ਦਾ ਗਲਾਸ ਚਾਹੀਦਾ ਹੈ, ਬੇਟਾ ਘਰ ਨਹੀਂ ਹੈ, ਬੇਟਾ ਪਰਦੇਸ ਵਿੱਚ ਹੈ, ਬੇਟੇ ਨੇ ਰੋਟੀ ਠੁਕਰਾਈ ਹੈ, ਨਹੀਂ ਦਰਅਸਲ ਬੇਟੇ ਨੇ ਮੰਮੀ ਪਾਪਾ ਠੁਕਰਾਏ ਨੇ। ਇਸ ਤਰ੍ਹਾਂ ਸਾਡੇ ਘਰ ਟੁੱਟਦੇ ਨੇ, ਸਾਨੂੰ ਪਤਾ ਹੀ ਲੱਗਦਾ ਅਸੀਂ ਕਦੋਂ ਗੁਆਚੇ। ਇਹ ਸ਼ਲੋਕ ਬੜੇ ਗਹਿਰਾਈ ਵਾਲੇ ਨੇ, ਇਹਨਾਂ ਦੀ ਵਿਚਾਰ ਜਿਤਨੀ ਜਜ਼ਬਾਤ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ, ਇਨਸਾਨੀਅਤ ਦੇ ਇਮੋਸ਼ਨਲ ਜਿਤਨੇ ਜਜ਼ਬਾਤ ਨੇ ਜਿਨ੍ਹਾਂ ਦੇ ਨਾਲ ਹਾਰਮਨੀ ਬਣਦੀ ਹੈ, ਵਾਮਥ ਬਣਦੀ ਹੈ, ਔਰ ਸਾਡਾ ਸਮਾਜ ਬਣਦਾ, ਔਰ ਸਾਡੇ ਪਰਿਵਾਰ ਇੰਟੈਕਟ ਰਹਿੰਦੇ ਨੇ। ਇਹ ਸ਼ਲੋਕ ਸਾਨੂੰ ਉਹ ਚੀਜ਼ਾਂ ਸਿਖਾਉਂਦੇ ਨੇ, ਜਿਨ੍ਹਾਂ ਦੇ ਘਰ ਵਿੱਚ ਸੰਤੋਖ ਹੁੰਦਾ ਉਹ ਸਾਰੇ ਘਰ ਵਾਲੇ ਕੰਮਾਂ ਕਾਜਾਂ ਧੱਕੇ ਨਹੀਂ ਖਾਂਦੇ ਨੇ, ਉਹ ਸਾਰੇ ਰਲ ਕੇ ਡਾਇਨਿੰਗ ਟੇਬਲ 'ਤੇ ਬੈਠਦੇ ਨੇ। ਉਹਨਾਂ ਦੀ ਮਾਂ ਰੋਟੀ ਪਕਾਉਂਦੀ ਹੈ ਔਰ ਸਾਰਾ ਟੱਬਰ ਬੈਠ ਕੇ ਖਾਂਦਾ ਹੈ, ਬ੍ਰੈਕਫਾਸਟ ਵੀ ਇਕੱਠੇ ਕਰਦੇ ਨੇ, ਲੰਚ ਵੀ ਇਕੱਠੇ ਕਰਦੇ ਨੇ, ਡਿਨਰ ਵੀ ਇਕੱਠੇ ਕਰਦੇ ਨੇ। ਲੇਕਿਨ ਇਕੱਠੇ ਕਰਨ ਦਾ ਮਤਲਬ ਹੁੰਦਾ ਇੱਕ ਦੂਜੇ ਦਾ ਸੁੱਖ ਦੁੱਖ ਵੀ ਪੁੱਛਦੇ ਨੇ। ਸਾਡੇ ਕੋਲ ਤਾਂ ਵਿਹਲ ਹੀ ਨਹੀਂ ਹੈ ਕਿ ਮੈਂ ਆਪਣੇ ਮੰਮੀ ਪਾਪਾ ਦੇ ਨਾਲ ਗੱਲ ਵੀ ਕਰ ਸਕਾਂ, ਮੈਂ ਉਹਨਾਂ ਦਾ ਸੁੱਖ ਦੁੱਖ ਵੀ ਫਰੋਲ ਸਕਾਂ, ਸਾਡੇ ਕੋਲ ਸਮਾਂ ਹੀ ਨਹੀਂ ਹੈ। ਲੇਕਿਨ ਜਿਹੜੇ ਡਾਇਨਿੰਗ ਟੇਬਲ 'ਤੇ ਬੈਠਦੇ ਨੇ ਉਹਨਾਂ ਨੂੰ ਆਦਤ ਪੈ ਜਾਂਦੀ ਹੈ, ਉਹ ਆਪਣੀ ਮਾਂ ਨੂੰ ਪੁੱਛਦੇ ਆ, ਮਾਤਾ ਜੀ ਤੁਹਾਡਾ ਕੀ ਹਾਲ ਹੈ, ਤੁਸੀਂ ਰਾਤੀ ਠੀਕ ਸੁੱਤੇ ਸੀ ਨਾ, ਤੁਹਾਡਾ ਪੇਟ ਸਾਫ਼ ਹੋ ਗਿਆ ਹੈ ਨਾ, ਤੁਹਾਡੀ ਸਿਹਤ ਠੀਕ ਹੈ ਨਾ, ਤੁਹਾਨੂੰ ਭੁੱਖ ਅੱਛੀ ਲੱਗੀ ਨਾ, ਤੁਸੀਂ ਕੁਛ ਖਾਧਾ ਕਿ ਨਹੀਂ ਖਾਧਾ, ਮੈਂ ਤੁਹਾਡੇ ਵਾਸਤੇ ਕੁਛ ਕਰ ਦਿਆਂ। ਇਹ ਸਾਰੀ ਗੋਡਲੀ ਕੁਆਲਿਟੀਜ਼ ਉਹਨਾਂ ਦੀਆਂ ਆਪਣੀ ਮਾਂ ਦੇ ਨਾਲ ਟੁੱਟ ਜਾਂਦੀਆਂ ਨੇ, ਪਰਿਵਾਰ ਨਾਲ ਉਹ ਟੁੱਟ ਜਾਂਦੇ ਨੇ। ਸੋ ਫਰੀਦ ਜੀ ਸਾਨੂੰ ਕਹਿੰਦੇ ਨੇ ਸਾਚੇ ਨਾਮ ਕੀ ਭੁੱਖ ਲੱਗਣ ਦੀ ਲੋੜ ਹੈ, ਵਰਨਾ ਮਨ ਕਦੇ ਰੱਜੇਗਾ ਨਹੀਂ। ਬਾਹਰ ਖਾਣ ਨੂੰ ਮਿਲ ਜਾਏਗੀ, ਬਾਹਰ ਪੈਸੇ ਨਾਲ ਮਿਲ ਜਾਂਦੀ ਹੈ, ਐਜ਼ ਮੈਨੀ ਐਜ਼ ਡਿਸ਼ਿਜ਼, ਐਜ਼ ਮੈਨੀ ਐਜ਼ ਰੈਸਟੋਰੈਂਟਸ। ਫੋਰ ਦੈਟ ਯੂ ਹੈਵ ਟੂ ਅਰਨ ਮੋਰ ਮਨੀ, ਸਪੈਂਡ ਮਨੀ ਐਂਡ ਈਟ ਬਿਮਾਰੀ ਦੀਆਂ ਰੋਟੀਆਂ।
ਲੇਕਿਨ ਸਾਰਾ ਸਰਕਲ ਟੁੱਟ ਜਾਏਗਾ। ਅਮੈਰੀਕਾ ਮੇਰੇ ਭੈਣ ਦੀ ਬੇਟੀ ਕਹਿੰਦੀ ਹੈ, ਮੈਂ ਰੋਟੀ ਨਹੀਂ ਪਕਾਉਣੀ, ਆਈ ਡੋਂਟ ਲਾਈਕ ਕਿ ਮੈਂ ਚੁੱਲ੍ਹੇ 'ਤੇ ਖੜੀ ਰਹਾਂ। ਨੌਜਵਾਨ ਬੱਚੀ ਨੇ ਇੰਝ ਕਹਿ ਦਿੱਤਾ ਔਰ ਆਦਤ ਪੈ ਗਈ, ਬਾਹਰੋਂ ਜਾਇਆ ਕਰਾਂਗੇ, ਬਾਹਰੋਂ ਆਰਡਰ ਕਰ ਦਿਆ ਕਰਾਂਗੇ, ਉਹ ਘਰ ਡਿਲੀਵਰੀ ਕਰ ਦੇਗਾ, ਖਾ ਲਿਆ ਕਰਾਂਗੇ। ਉਸਨੇ ਸੋਚ ਲਿਆ, ਲੇਕਿਨ ਉਸਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਮੇਰਾ ਵਿਆਹ ਹੋ ਜਾਏਗਾ। ਵਿਆਹ ਤੋਂ ਬਾਅਦ ਉਹਨੇ ਪਤੀ ਨੂੰ ਵੀ ਮਨਾ ਲਿਆ, ਦੋਨੋਂ ਪਤੀ ਪਤਨੀ ਬਾਹਰੋਂ ਰੋਟੀਆਂ ਮੰਗਾਉਂਦੇ ਨੇ, ਖਾਂਦੇ ਨੇ, ਆਲ ਦਾ 3 ਮੀਲਸ। ਲੇਕਿਨ ਇੱਕ ਦਿਨ ਬੱਚਾ ਹੋ ਗਿਆ, 6-8 ਮਹੀਨੇ ਬਾਅਦ ਬੱਚੇ ਨੂੰ ਜਦੋਂ ਬਾਹਰ ਦੀ ਖਵਾਈ, ਬੱਚਾ ਬਿਮਾਰ ਹੋ ਗਿਆ। ਆਸਤਾ ਆਸਤਾ ਉਹਦੇ ਅੰਦਰੋਂ ਆਵਾਜ਼ ਆਈ, ਅੰਦਰੋਂ ਰੱਬ ਜੀ ਦੀ ਆਵਾਜ਼ ਆਉਂਦੀ ਹੈ, ਅੰਦਰੋਂ ਆਵਾਜ਼ ਆਈ ਕਿ ਇਹਨੂੰ ਘਰ ਬਣਾ ਕੇ ਖਵਾਇਆ ਕਰ। ਅੱਜ ਉਹ ਅਮਰੀਕਾ ਜੈਸੀ ਜਗ੍ਹਾ ਆਪਣੇ ਬੱਚੇ ਨੂੰ, ਆਪਣੇ ਪਰਿਵਾਰ ਨੂੰ ਆਪ ਪਕਾ ਕੇ ਖਵਾਉਂਦੀ ਹੈ ਅਤੇ ਆਪ ਵੀ ਘਰ ਦੀ ਖਾਂਦੀ ਹੈ। ਸਮਝ ਆ ਗਈ ਠੋਕਰਾਂ ਖਾਣ ਤੋਂ ਬਾਅਦ, ਕਿਉਂਕਿ ਮਨ ਜੇ ਭੁੱਖਾ ਹੈ ਤਾਂ ਠੋਕਰਾਂ ਖਵਾਏਗਾ, ਮਨ ਜੇ ਭੁੱਖਾ ਨਹੀਂ ਤਾਂ ਸੰਤੋਖ ਦੀ ਖਾਏਗਾ, ਰੱਜ ਜਾਏਗਾ, ਫੈਮਿਲੀ ਲਾਈਫ ਵੀ ਬੈਲੈਂਸਡ ਹੋ ਜਾਂਦੀ ਹੈ। ਸੋ ਇਹਦਾ ਰੀਅਲ ਇਲਾਜ ਹੈ, ਮਾਈ ਮੇਰੇ ਮਨ ਕੋ ਸੁੱਖ, ਕੋਟ ਆਨੰਦ ਰਾਜ ਸੁੱਖ ਭੁਗਵੈ, ਹਰ ਸਿਮਰਤ ਮੰਤਨ ਸੁੱਖ। ਮਾਈ ਮੇਰੇ ਮਨ ਕੋ ਸੁੱਖ ਦੀ ਅਵਸਥਾ ਜਦੋਂ ਬਣਦੀ ਹੈ ਨਾ, ਤਾਂ ਉਹਦੇ 'ਚ ਕਹਿੰਦੇ ਦਰਸ਼ਨ ਭੇਟਤ ਉਤਰੀ ਭੁੱਖ, ਤਾਂ ਮਨ ਦੀ ਭੁੱਖ ਉਤਰਦੀ ਹੈ ਜਦੋਂ ਸੱਚ ਸਮਝ ਆਉਂਦਾ ਹੈ। ਔਰ ਜਿਸ ਜਦੋਂ ਸੱਚ ਨਾ ਸਮਝ ਆਏ, ਉਹਨੂੰ ਕਹਿੰਦੇ ਨੇ ਜੇਤੇ ਰਸ ਸਰੀਰ ਕੇ, ਜੇਤੇ ਰਸ ਸਰੀਰ ਕੇ, ਤੇਤੇ ਲੱਗੇ ਦੁੱਖ, ਤੇਤੇ ਲੱਗੇ ਦੁੱਖ। ਇਸ ਸ਼ਬਦ ਵਿੱਚ ਕਹਿੰਦੇ ਨੇ ਦੁਖੀ ਦੁਨੀ ਸਹੇੜੀ ਹੈ, ਜਾਏ ਤਾਂ ਲੱਗੇ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੀ ਭੁੱਖ, ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ। ਜਦੋਂ ਅਸੀਂ ਵਿਆਹ ਕਰਾਉਂਦੇ ਹਾਂ ਨਾ, ਅਸੀਂ ਸੁੰਦਰ ਮੁੰਡਾ ਜਾਂ ਕੁੜੀ ਦਾ ਰਿਸ਼ਤਾ ਵੇਖਦੇ ਹਾਂ, ਉੱਚੇ ਘਰ ਦਾ ਵੇਖਦੇ ਹਾਂ, ਸੰਤੋਖੀ ਨਹੀਂ ਵੇਖਦੇ ਹਾਂ, ਆਈਡੀਅਲ ਨਹੀਂ ਵੇਖਦੇ ਹਾਂ। ਇਹਨਾਂ ਗੇਮਾਂ ਵਿੱਚ ਜਦੋਂ ਫਸਦੇ ਹਾਂ, ਉਹਨੂੰ ਕਹਿੰਦੇ ਨੇ ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਔਰ ਦੁੱਖ ਰੱਬ ਜੀ ਤੋਂ ਵਿਛੋੜਾ, ਔਰ ਜਿਉਂ ਜਿਉਂ ਵਿਛੜਦੇ ਜਾਂਦੇ ਹਾਂ ਪਰਾਈ ਚੋਪੜੀ ਦੇ ਵਿੱਚ ਫਸਦੇ ਜਾਂਦੇ ਹਾਂ। ਫਰੀ ਜੀ ਕਹਿੰਦੇ ਮੈਂ ਤਾਂ ਰੋਟੀ ਮੇਰੀ ਕਾਟ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਲੋਕ ਇਸ ਤਰ੍ਹਾਂ ਦੁਖੀ ਹੁੰਦੇ ਨੇ। ਮੈਂ ਸ਼ਲੋਕ 'ਚੋਂ ਸਮਝਣ ਦਾ ਯਤਨ ਕਰ ਰਿਹਾ, ਡਾਇਗਨੋਸ ਕੀ ਹੈ, ਕਿੱਥੋਂ ਗੜਬੜ ਹੋਈ, ਕਿੱਥੋਂ ਮੈਂ ਭੁਲਾਵਾ ਪੱਗਦਾ ਹੋਇਆ, ਕਿੱਥੋਂ ਭੁਲਾਵੜੇ ਭੁੱਲੀ ਹੋਈ, ਕਿੱਥੋਂ ਮੈਂ ਕੰਡੇ ਬੀਜਣੇ ਸ਼ੁਰੂ ਕੀਤੇ। ਔਰ ਜਦੋਂ ਘਣੇ ਦੁੱਖ ਸ਼ੁਰੂ ਹੋ ਜਾਣ ਨਾ, ਤਾਂ ਪਤਾ ਕੀ ਹੁੰਦਾ, ਕਬੀਰ ਬੇੜਾ ਜ਼ਰ ਜ਼ਰਾ, ਕਬੀਰ ਬੇੜਾ ਜ਼ਰ ਜ਼ਰਾ, ਫੂਟੇ ਛੇ ਹਜ਼ਾਰ, ਫੂਟੇ ਛੇਕ ਹਜ਼ਾਰ, ਕਬੀਰ ਬੇੜਾ
जर्जरा हरुए हरुए तिर गए हरुए हरुए तिर गए डूबे चिन सिर पा सिर पार कबीर बेड़ा जर्जरा कबीर बेड़ा जर्जरा। सारा शरीर खराब हो गया, मनना पेगा कि मन दे अंदर छेद हो गए, मनना पेगा कि मेरा मन रूपी टाइटैनिक दे अंदर छेद हो गए, हुन मेरा पवजल तृष्णा दे जल विच बेड़ा टाइटैनिक वांगू डुबेगा ही डुबेगा। एनू कणे सहणगे दुख कहिंदे ने। सो जदों बेड़ा जरजरा हो जांदा है, मेरा सुभाअ कुड़ीतन वाला बन जांदा है, मेरा सुभाअ निंदक बन जांदा है, मेरा सुभाअ तृष्णालू बन जांदा है, मेरा सुभाअ भैड़े बोल वाला बन जांदा है, मेरे कन्नां नूं निंदा चंगी लगती है, मैनूं लोकां दी निंदा करना अच्छा लगता है, और ए रसना तू अनरस राच रे तेरी प्यास न जाए, मेरी प्यास नहीं मुकदी। हुण फरीद जी कहिंदे ने अगले श्लोक विच, जे तेरी ये प्रॉब्लम आ गई ना, इस करके रुखी सुखी खाया कर। रुखी सुखी दा मतलब फिक्की रोटी और सब्जी भी रुखी जी होवे, फिक्की जी होवे, सुखी जी होवे, ओदी गल नहीं चल रही। असी बहुत डिटेल च गल कर चुके हैं संतोख दी। रुखी सुखी खाए कर ठंडा पानी पियो। सत्संग जी ठंडा पानी की होंदा, सर्दियां च किवें पियोगे? जितने बाणी दे लफ्ज़ होंदे ने सानू इना दी गहराई विच उतरना बहुत जरूरी होंदा है। ये लफ्ज़ां दे सीधे सीधे जिहड़े अर्थ ने ना, ओ वाले अर्थ तक मैनू प्रैक्टिकल जीवन जाच दा भाव अर्थ समझ नहीं आता। इहदा मतलब मैनू भाव अर्थ लभना पेगा। ठंडा पानी पियो, 12 महीने पियो, सारी उम्र पियो, ओ वाला केड़ा होंदा है? सतसंग जी जे लफ्ज़ी अर्थां 'च फसदियां तां उहनूं मूर्ती पूजा ही कहिंदे ने, पर जे लफ्ज़ां तों उहनां दे पिछे दे भाव अर्थ नूं लैंदे आ ना, तां पता लगदा ठंडा पानी पियो होंदा की है। अंदर ठंडा, अंदर ठंडा, मेरा अंदर ठंडा, अंदर ठंडा, अंदर ठंडा, मेरा अंदर ठंडा। गुरदर्शन देख निहाली, गुरदर्शन देख निहाली, मेरा अंदर ठंडा, अंदर ठंडा, अंदर ठंडा, मेरा अंदर ठंडा। पंद जुलंदड़ी, मेरा अंदर ठंडा, पंद जुलंदड़ी, मेरा अंदर ठंडा। सोए सुनंदड़ी, मेरा तन मन मौला, सोए सुनंदड़ी, मेरा तन मन मौला, नाम जपंदड़ी लाली,
ਨਾਮ ਜਪੰਦੜੀ ਲਾਲੀ ਮੇਰਾ ਅੰਦਰ ਠੰਡਾ ਅੰਦਰ ਠੰਡਾ ਅੰਦਰ ਠੰਡਾ ਮੇਰਾ ਅੰਦਰ ਠੰਡਾ। ਸਤਸੰਗ ਜੀ, ਜਿਸ ਦੇ ਨਾਲ ਮੈਨੂੰ ਅੰਦਰ ਠੰਡਕ ਆਉਂਦੀ ਹੈ ਉਹਨੂੰ ਠੰਡਾ ਪਾਣੀ ਕਹਿੰਦੇ ਨੇ, ਉਹਨੂੰ ਠੰਡਾ ਅੰਮ੍ਰਿਤ ਰੂਪੀ ਪਾਣੀ ਕਹਿੰਦੇ ਨੇ, ਉਹਨੂੰ ਅੰਮ੍ਰਿਤ ਕਹਿੰਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ ਪੰਧ ਜੁਲੰਦੜੀ, ਪੰਧ ਜੁਲੰਦੜੀ ਹੁੰਦਾ ਜਦੋਂ ਮੈਂ ਸੱਚ ਦੇ ਰਸਤੇ 'ਤੇ ਟੁਰੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਮੈਨੂੰ ਚੈਨ ਆ ਗਿਆ, ਮੈਨੂੰ ਅੰਮ੍ਰਿਤ ਰੂਪੀ ਮਾਰਗ ਸਵਾਦ ਸਤਿਗੁਰ ਦੀ ਮੱਤ ਦਾ ਮਿੱਠਾ ਠੰਡਾ ਜਲ ਮਿਲ ਗਿਆ। ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ, ਮੀਨਸ ਮੈਂ ਨਿਹਾਲ ਹੋ ਗਿਆ ਜੋ ਮੈਨੂੰ ਸੱਚ ਦਾ ਮਾਰਗ ਦੱਸਿਆ ਗਿਆ। ਸੱਚ ਦੇ ਮਾਰਗ ਨੂੰ ਸਮਝ ਕੇ ਟੁਰ ਪੈਣਾ ਦਰਸ਼ਨ ਕਹਿਲਾਉਂਦਾ। ਸੋਏ ਸੁਲੰਦਰੀ ਮੇਰਾ ਤਨ ਮਨ ਮੌਲਾ, ਮੈਨੂੰ ਰੱਬ ਜੀ ਦਾ ਸੁਣਿਆ ਸਮਝ ਆ ਗਿਆ, ਮੇਰਾ ਤਨ ਮਨ ਖਿੜ ਗਿਆ, ਮੌਲਾ ਹੋ ਗਿਆ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਸੋ ਜਦੋਂ ਅੰਦਰ ਠੰਡਾ ਹੋ ਜਾਂਦਾ ਨਾ ਸਤਸੰਗ ਜੀ, ਅਸੀਂ ਜਿਹੜੇ ਮਲਕ ਭਾਗੋ ਬਣ ਗਏ ਸੀ, ਹਰ ਵੇਲੇ ਤੱਤੇ ਰਹਿੰਦੇ ਸੀ। ਮੈਂ ਪਹਿਲਾਂ ਤੁਹਾਡੇ ਨਾਲ ਡਿਟੇਲ ਵਿੱਚ ਮਲਕ ਭਾਗੋ ਔਰ ਭਾਈ ਲਾਲੋ ਡਿਸਕਸ ਕਰ ਚੁੱਕਾ ਅੱਜ। ਉਹ ਵਾਲੀ ਅਵਸਥਾ ਹੁਣ ਪੈਰਾਡੀਮ ਸ਼ਿਫਟ ਹੋਏਗਾ, ਜਦੋਂ ਮੈਂ ਸੱਚ 'ਤੇ ਟੁਰਦਾ ਹਾਂ ਮੈਂ ਠੰਡਾ ਹੋ ਜਾਂਦਾ ਹਾਂ। ਜੇ ਮੈਂ ਦਿਨ ਰਾਤ ਤਪਦਾ ਰਹਿੰਦਾ, ਵਿਤਕਰੇ ਵਿੱਚ ਰਹਿੰਦਾ, ਔਰ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭ ਮਿੱਠੀਆਂ ਚੀਜ਼ਾਂ ਖਾ ਕੇ ਵੀ ਕੁੜਿੱਤਨ ਬੋਲੀ ਵਾਲੀ ਅਵਸਥਾ ਮੇਰੀ ਬਣ ਗਈ ਸੀ, ਉਸ ਤੋਂ ਹੁਣ ਸਾਨੂੰ ਅੱਗੇ ਦਾ ਸਲੂਸ਼ਨ ਸਮਝਾਉਂਦੇ ਨੇ ਕਿ ਤੂੰ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਦੂਸਰਿਆਂ ਦੀ ਦੇਖ ਦੇਖ ਕੇ ਆਪਣੇ ਆਪ ਨੂੰ ਤਰਸਾਉਣਾ, ਤਰਸਾਉਣਾ ਦਾ ਮਤਲਬ ਕੀ ਹੈ, ਟੈਂਪਟਿੰਗ ਹੋਣਾ ਉਹਦੀ ਇੱਕ ਨਿਸ਼ਾਨੀ ਹੈ। ਲੋਕ ਪੁੱਛਦੇ ਨੇ ਵੀਰ ਜੀ ਜੇ ਇਮਾਨਦਾਰ ਹੋ ਜਾਓ ਤਾਂ ਰੋਟੀ ਨਹੀਂ ਖਾ ਸਕਦੇ, ਜਿਹੜੇ ਬੇਈਮਾਨੀਆਂ ਕਰ ਰਹੇ ਨੇ ਦੇਖੋ, ਜਿਹੜੇ ਧੋਖਾ ਕਰ ਰਹੇ ਨੇ ਦੇਖੋ, ਜਿਹੜੇ ਸ਼ਰਾਬਾਂ ਪੀਂਦੇ ਨੇ ਦੇਖੋ, ਉਹ ਏਅਰ ਕੰਡੀਸ਼ਨ ਵਿੱਚ ਰਹਿੰਦੇ ਨੇ, ਵਧੀਆ ਕਾਰਾਂ 'ਤੇ ਬੈਠਦੇ ਨੇ, ਸੁੱਖ ਆਰਾਮ ਮਾਣਦੇ ਨੇ। ਇਹਦਾ ਮਤਲਬ ਮੈਂ ਪਰਾਈ ਚੋਪੜੀ ਦੇਖ ਕੇ ਤਰਸ ਰਿਹਾ ਹਾਂ, ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਭੈੜ ਕਰਾਂ, ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਸ਼ਰਾਬਾਂ ਪੀਆਂ, ਮੇਰਾ ਵੀ ਦਿਲ ਕਰਦਾ ਕਿ ਮੈਂ ਬੇਈਮਾਨੀ ਦੀ ਕਮਾਈ ਕਮਾਵਾਂ। ਨਹੀਂ ਤਾਂ ਇਹ ਕੁਐਸਚਨ ਪੈਦਾ ਹੀ ਨਹੀਂ ਸੀ ਹੋਣਾ, ਇਹ ਕੁਐਸਚਨ ਮੇਰੇ ਅੰਦਰੋਂ ਪੈਦਾ ਹੋਇਆ ਕਿ ਦੇਖੋ ਜੀ ਜਿਹੜੇ ਬੇਈਮਾਨੀਆਂ ਕਰਦੇ ਨੇ ਉਹ ਸੁੱਖ ਮਾਣਦੇ ਨੇ, ਤਾਂ ਇਹਦਾ ਮਤਲਬ ਮੈਂ ਇਮਾਨਦਾਰ ਨਹੀਂ ਰਹਿਣਾ ਚਾਹੁੰਦਾ, ਮੈਂ ਪਰਾਈ ਚੋਪੜੀ ਦੇਖ ਕੇ ਆਪਣੇ ਆਪ ਨੂੰ ਭੁਲੇਖੇ ਵਿੱਚ ਪਾ ਰਿਹਾ ਹਾਂ। ਪਰਾਈ ਚੋਪੜੀ ਵਿੱਚ ਬੜੀਆਂ ਲੰਬੀ ਲਿਸਟ ਬਣ ਜਾਏਗੀ, ਇੱਕ ਗੁਰਦੁਆਰਾ ਦੂਜੇ ਗੁਰਦੁਆਰੇ ਨਾਲ ਕੰਪੇਅਰ ਕਰਦਾ, ਉਹ ਕਹਿੰਦਾ ਤੁਹਾਡੀ ਸੋਨੇ ਦੀ ਪਾਲਕੀ ਨਹੀਂ ਹੈ, ਸਾਡੀ ਸੋਨੇ ਦੀ ਪਾਲਕੀ ਹੈ। ਸਾਡੇ ਸੰਗਤਾਂ ਕਹਿ ਰਹੀ ਹੁੰਦੀ ਹੈ ਪ੍ਰਬੰਧਕ ਨੇ ਕੀ ਕੀਤਾ, ਉਹਨਾਂ ਦੀ ਸੋਨੇ ਦੀ ਪਾਲਕੀ ਹੈ, ਸਾਡੀ ਸੋਨੇ ਦੀ ਪਾਲਕੀ ਨਹੀਂ ਹੈ। ਉਹਨਾਂ ਦੇ ਇੱਥੇ ਇੰਝ ਲੰਗਰ ਹੁੰਦਾ, ਸਾਡੇ ਇੱਥੇ ਇੰਝ ਕਿਉਂ ਹੁੰਦਾ, ਉਹਨਾਂ ਦੇ ਇੰਝ ਹੁੰਦਾ, ਉਂਝ ਕਿਉਂ ਹੁੰਦਾ। ਸਤਸੰਗਤ ਜੀ, ਅਸੀਂ ਗੁਰਦੁਆਰਿਆਂ ਦੇ ਕੰਪੈਰੀਜ਼ਨ ਸ਼ੁਰੂ ਕਰ ਦਿੱਤੇ ਨੇ, ਵੇਖ ਪਰਾਈ ਚੋਪੜੀ ਦੇ ਚੱਕਰ ਵਿੱਚ ਅਸੀਂ ਗੁਰਦੁਆਰਿਆਂ ਦੇ ਕੰਪੈਰੀਜ਼ਨ, ਗੁਰਦੁਆਰਿਆਂ ਦੇ ਕੰਪੈਰੀਜ਼ਨ ਵਿੱਚ ਅਸੀਂ ਪ੍ਰਬੰਧਕਾਂ ਦੀ ਲੈਗ ਪੁਲਿੰਗ ਸ਼ੁਰੂ ਕਰ ਦਿੱਤੀ, ਗੁਰਦੁਆਰਿਆਂ ਦੇ ਕੰਪੈਰੀਜ਼ਨ ਵਿੱਚ ਅਸੀਂ ਭਾਈ ਸਾਹਿਬ ਜੀ ਸੇਵਾਦਾਰ ਜੀ ਦੀ ਤਨਖਾਹ ਹੀ ਨਹੀਂ ਵਧਾਈ, ਕਿਉਂ ਅਸੀਂ ਕਹਿਣਾ ਸ਼ੁਰੂ ਕਰਤਾ ਉਸ ਗੁਰਦੁਆਰੇ ਵੀ ਭਾਈਆਂ ਨੂੰ ਤਨਖਾਹ ਨਹੀਂ ਇਤਨੀ ਮਿਲਦੀ ਹੈ, ਅਸੀਂ ਇਹਨਾਂ ਨੂੰ ਕਿਉਂ ਦੇਈਏ, ਉਸ ਗੁਰਦੁਆਰੇ ਵਿੱਚ ਰਾਗੀ ਸਿੰਘ ਜੀ ਨੂੰ ਤਨਖਾਹ ਨਹੀਂ ਮਿਲਦੀ, ਅਸੀਂ ਇਹਨਾਂ ਨੂੰ ਕਿਉਂ ਦੇਈਏ। ਅਸੀਂ ਕਿਤਨੇ ਗੜਬੜ ਹੋਈ ਜਾ ਰਹੇ ਹਾਂ, ਫਰੀਦ ਜੀ ਦੇ ਸ਼ਲੋਕਾਂ ਨੂੰ ਸਮਾਜ ਦੇ ਔਰ ਆਪਣੇ ਹਰ ਪਹਿਲੂ 'ਤੇ ਟੁਕਾ ਟੁਕਾ ਕੇ ਦੇਖਾਂਗੇ ਨਾ ਤਾਂ ਪਤਾ ਲੱਗੇਗਾ ਕਿ ਅਸੀਂ ਮਲਕ ਭਾਗੋ ਕਿਸ ਤਰ੍ਹਾਂ ਬਣੇ ਹੋਏ ਹਾਂ ਔਰ ਦੇਖ ਪਰਾਈ ਚੋਪੜੀ ਦੇ ਕਿਸ ਤਰ੍ਹਾਂ ਜੀ ਨੂੰ ਤਰਸਾਉਂਦੇ ਹਾਂ ਔਰ ਆਪਣੇ ਦੁੱਖ ਵਿੱਚ ਫਸ ਜਾਂਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ, ਹੋਵਨ ਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਸਾਕਤ ਖਿਆਲਾਂ ਨਾਲ ਨਾ ਰਿਹਾ ਕਰ, ਤਰਸਾਈ ਹੁੰਦਾ। ਸੋ ਚੋਪੜੀ ਦੀ ਹੋਰ ਅੱਗੇ ਗੱਲ ਨਿਕਲ ਕੇ ਆਈ ਕਿ ਪਦਾਰਥ ਪਕੜ ਨੂੰ ਚੋਪੜੀ ਕਹਿੰਦੇ ਨੇ, ਭੁੱਖ ਤ੍ਰਿਸ਼ਨਾ ਮੁਥਾਜੀ ਕ੍ਰੀਏਟਸ ਸੈਲਫਿਸ਼ਨੈਸ, ਇਹਨੂੰ ਚੋਪੜੀ ਕਹਿੰਦੇ ਨੇ। ਸੋਚਣੀ ਵਾਲਾ ਰਾਜਾ ਅਤੇ ਰਾਜੇ ਦਾ ਥੋਟ ਪ੍ਰੋਸੈਸ, ਇੱਕ ਇੱਕ ਸੋਚਣੀ ਦਾ ਢੰਗ ਅਤੇ ਰੋਮ ਰੋਮ
ਇੱਕ ਇੱਕ ਸੁਰਤ ਮਤ ਬੁੱਧ ਇਹਨੂੰ ਪਰਜਾ ਕਹਿੰਦੇ ਨੇ। ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਪਰੇ ਮੁਰਦਾਰ, ਜੈਸਾ ਰਾਜਾ ਮਨ ਵੈਸੀ ਸਾਰੀ ਪਰਜਾ, ਸਾਰੀ ਬਾਡੀ ਵਿਗੜ ਗਈ। ਭਾਈ ਲਾ ਲਓ ਬੰਨਾ ਸੀ ਬਣ ਮਲਕ ਪਾਗੋ ਗਏ। ਸਾਰੀ ਦੁਨੀਆ ਵਿੱਚ ਸਿੱਖਾਂ ਦਾ ਡੰਕਾ ਹੈ ਕਿ ਸਿੱਖ ਬਿਜ਼ਨਸਮੈਨ ਬੜੇ ਵਧੀਆ ਹੁੰਦੇ ਨੇ, ਸਿੱਖ ਕਮਾਈਆਂ ਬੜੀਆਂ ਕਰਦੇ ਨੇ, ਲੇਕਿਨ ਸਤਸੰਗ ਜੀ ਸਾਡੀਆਂ ਕਮਾਈਆਂ ਸ਼ਰਾਬਾਂ 'ਚ ਜਾ ਰਹੀਆਂ ਨੇ, ਸਾਡੀਆਂ ਕਮਾਈਆਂ ਹੋਸਪਿਟਲ ਬਣਾਉਣ 'ਚ ਨਹੀਂ ਲੱਗ ਰਹੀਆਂ। ਜੂਸ਼ ਇੱਕ ਦੁਨੀਆ ਦੀ ਸਭ ਤੋਂ ਵੱਡੀ ਕੌਮ ਹੈ ਜਿਹੜੀ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੀ ਹੈ। ਉਹਨਾਂ ਦੇ ਵਧੀਆ ਹੋਸਪਿਟਲ ਹੁੰਦੇ ਨੇ, ਵਧੀਆ ਰਿਸਰਚ ਸੈਂਟਰ ਹੁੰਦੇ ਨੇ, ਵਧੀਆ ਉਹਨਾਂ ਦੇ ਵਕੀਲ ਹੁੰਦੇ ਨੇ, ਵਧੀਆ ਉਹਨਾਂ ਦੇ ਡਾਕਟਰ ਹੁੰਦੇ ਨੇ, ਵਧੀਆ ਉਹਨਾਂ ਨੇ ਬੁੱਢੇ ਘਰ ਖੋਲ੍ਹੇ ਹੋਏ ਨੇ, ਵਧੀਆ ਉਹਨਾਂ ਨੇ ਨਰਸਿੰਗ ਹੋਮ ਖੋਲ੍ਹੇ ਹੋਏ ਨੇ, ਉਹ ਦੁਨੀਆ ਦਾ ਬੜੇ ਗ੍ਰੇਟ ਕੰਮ ਕਰਦੇ ਨੇ। ਅਸੀਂ ਜੇ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਅਸੀਂ ਉੱਚੀਆਂ ਕਮਾਈਆਂ ਕਰੀਏ, ਲੇਕਿਨ ਆਪਣੇ ਲੋੜਵੰਦ ਭੈਣਾਂ ਭਰਾਵਾਂ ਦੀ ਬਾਂਹ ਫੜੀਏ, ਉੱਚੀਆਂ ਕਮਾਈਆਂ ਕਰੀਏ, ਵਿਧਵਾਵਾਂ ਦਾ ਧਿਆਨ ਰੱਖੀਏ, ਉੱਚੀਆਂ ਕਮਾਈਆਂ ਕਰੀਏ, ਲੋਕਾਂ ਨੂੰ ਇੰਪਲੋਇਮੈਂਟ ਦੇਈਏ, ਉੱਚੀਆਂ ਕਮਾਈਆਂ ਕਰੀਏ, ਲੋਕਾਂ ਵਾਸਤੇ ਵਧੀਆ ਹੋਸਪਿਟਲ ਖੋਲ੍ਹੀਏ, ਉੱਚੀਆਂ ਕਮਾਈਆਂ ਕਰੀਏ, ਆਪਣੇ ਸੇਵਾਦਾਰ ਰਾਗੀ ਜੀ ਭਾਈ ਸਾਹਿਬ ਜੀ ਗ੍ਰੰਥੀ ਜੀ ਉਹਨਾਂ ਦੀਆਂ ਚੰਗੀਆਂ ਤਨਖਾਹਾਂ, ਉਹਨਾਂ ਦੇ ਚੰਗੇ ਚੰਗੇ ਮਕਾਨ ਬਣਾਈਏ, ਉਹਨਾਂ ਦੇ ਬੱਚਿਆਂ ਨੂੰ ਅਮਰੀਕਾ ਪੜ੍ਹਨ ਭੇਜੀਏ, ਤਾਂ ਕਿ ਭਾਈ ਨੂੰ ਇਹ ਮਾਣ ਤਾਂ ਆਵੇ ਕਿ ਮੈਂ ਗੁਰਦੁਆਰੇ ਸੇਵਾ ਕਰਦਾ। ਗੁਰਦੁਆਰੇ ਦੇ ਪ੍ਰਬੰਧਕ ਦੇਖੋ ਕਿਸ ਤਰ੍ਹਾਂ ਪ੍ਰਬੰਧ ਕਰਦੇ ਨੇ, ਬਾਣੀ ਪੜ੍ਹ ਪੜ੍ਹ ਕੇ ਲੋਕਾਂ ਦਾ ਭਲਾ ਕਰਦੇ ਨੇ, ਮੇਰਾ ਵੀ ਭਲਾ ਕਰਦੇ ਨੇ, ਵਰਨਾ ਅੰਧੀ ਰਈਅਤ ਗਿਆਨ ਵੀ ਹੋਣੀ ਭਾਏ ਪਰੇ ਮੁਰਦਾਰ। ਅਸੀਂ ਸਾਰੇ ਠਗਾਏ ਜਾਂਦੇ ਨਾ, ਹਰਾਮ ਦਾ ਖਾਣਾ ਖਾਂਦੇ ਹਾਂ, ਇਸ ਕਰਕੇ ਚੋਪੜੀ ਹੋ ਜਾਂਦੀ ਹੈ, ਘਣੇ ਦੁੱਖ ਸਰੀਰਕ ਵੀ ਲੱਗ ਜਾਂਦੇ ਨੇ, ਮਾਨਸਿਕ ਵੀ ਲੱਗ ਜਾਂਦੇ ਨੇ, ਇਹਨੂੰ ਦੋਜ਼ਕ ਦੀ ਅੱਗ ਕਹਿੰਦੇ ਨੇ। ਅਸੀਂ ਦੋਜ਼ਕ ਦੀ ਅੱਗ 'ਚ ਅੱਜ ਹੀ ਸੜਨ ਲੱਗ ਪੈਂਦੇ ਹਾਂ, ਇਸ ਕਰਕੇ ਸਾਨੂੰ ਫਰੀਦ ਜੀ ਨੇ ਅੱਜ ਸਿਖਾਇਆ।